ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈੱਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਹੈਲੋ ਦੋਸਤੋ, ਹੈਲਥ ਸਮਾਧਾਨ ਵਿੱਚ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਕੀ ਤੁਸੀਂ ਵੀ ਕੱਚਾ ਪਿਆਜ਼ ਖਾਂਦੇ ਹੋ? ਅਤੇ ਜੇ ਤੁਸੀਂ ਨਹੀਂ ਖਾਂਦੇ ਤਾਂ ਅੱਜ ਤੋਂ ਬਾਅਦ ਜ਼ਰੂਰ ਖਾਓਗੇ। ਤਾਂ ਦੋਸਤੋ, ਪਿਆਜ਼ ਕੱਟਦੇ ਹੋਏ ਤੁਹਾਡੀ ਅੱਖਾਂ ਦੇ ਵਿੱਚੋਂ ਹੰਝੂ ਤਾਂ ਜ਼ਰੂਰ ਆਉਂਦੇ ਹੋਣਗੇ, ਲੇਕਿਨ ਇਸਨੂੰ ਖਾਣ ਦੇ ਫਾਇਦੇ ਵੀ ਬਹੁਤ ਜ਼ਿਆਦਾ ਹਨ। ਚਾਹੇ ਕੱਚਾ ਪਿਆਜ਼ ਹੋਵੇ ਜਾਂ ਪੱਕਿਆ ਹੋਵੇ, ਪਿਆਜ਼ ਦੋਨੋਂ ਹੀ ਫਾਰਮ ਦੇ ਵਿੱਚ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ, ਲੇਕਿਨ ਕੱਚਾ ਪਿਆਜ਼ ਖਾਣ ਦੇ ਜ਼ਿਆਦਾ ਫਾਇਦੇ ਹਨ। ਸਿਰਫ ਕੱਚਾ ਪਿਆਜ਼ ਖਾਣ ਦੇ ਨਾਲ ਹੀ ਤੁਸੀਂ ਕਿਹੜੀ ਕਿਹੜੀ ਬਿਮਾਰੀਆਂ ਤੋਂ ਬਚ ਸਕਦੇ ਹੋ, ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹੀ ਦੱਸਾਂਗਾ। ਇਸ ਦੇ ਲਈ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਣਾ। ਦੋਸਤੋ, ਚਲੀਏ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਪਹਿਲਾ ਹੈ ਡਾਈਜੈਸ਼ਨ ਦੇ ਵਿੱਚ ਮਦਦਗਾਰ ਹੁੰਦਾ ਹੈ। ਕੱਚਾ ਪਿਆਜ਼ ਡਾਈਜੈਸ਼ਨ ਦੇ ਵਿੱਚ ਕਾਫ਼ੀ ਮਦਦ ਕਰਦਾ ਹੈ। ਕੱਚੇ ਪਿਆਜ਼ ਦੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ, ਜਿਸ ਕਾਰਨ ਤੁਹਾਡੇ ਪੇਟ ਦੇ ਵਿੱਚ ਚਿਪਕਿਆ ਹੋਇਆ ਖਾਣਾ ਵੀ ਚੰਗੀ ਤਰ੍ਹਾਂ ਨਾਲ ਡਾਈਜੈਸਟ ਹੋ ਜਾਂਦਾ ਹੈ। ਕੱਚੇ ਪਿਆਜ਼ ਨੂੰ ਖਾਣ ਦੇ ਨਾਲ ਆਪਣੇ ਪੇਟ ਦੀ ਸਫਾਈ ਹੋ ਜਾਂਦੀ ਹੈ, ਜਿਸ ਦੇ ਨਾਲ ਕਬਜ਼ ਦੂਰ ਹੋ ਜਾਂਦੀ ਹੈ। ਜਿਹੜੇ ਲੋਕ ਸਵੇਰ ਵੇਲੇ ਇੱਕ ਵਾਰੀ ਦੇ ਵਿੱਚ ਫਰੈਸ਼ ਨਹੀਂ ਹੋ ਪਾਉਂਦੇ, ਉਹਨਾਂ ਨੂੰ ਰਾਤ ਦੇ ਖਾਣੇ ਦੇ ਵਿੱਚ ਕੱਚੇ ਪਿਆਜ਼ ਦਾ ਸੈਲਡ ਜ਼ਰੂਰ ਖਾਣਾ ਚਾਹੀਦਾ ਹੈ। ਤਾਂ ਦੋਸਤੋ, ਇਹ ਨੁਸਖਾ ਕਬਜ਼ ਨੂੰ ਦੂਰ ਕਰਨ ਲਈ ਕਾਫ਼ੀ ਲਾਭਦਾਇਕ ਸਾਬਤ ਹੁੰਦਾ ਹੈ। ਤਾਂ ਦੋਸਤੋ, ਦੂਜਾ ਹੈ ਬਲੀਡਿੰਗ ਦੀ ਸਮੱਸਿਆ ਤੋਂ ਛੁਟਕਾਰਾ। ਤਾਂ ਦੋਸਤੋ, ਅਕਸਰ ਲੋਕਾਂ ਨੂੰ ਗਰਮੀਆਂ ਦੇ ਵਿੱਚ ਗਰਮ ਹਵਾ ਅਤੇ ਲੂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਇਹੀ ਕਾਰਨ ਬਣ ਜਾਂਦਾ ਹੈ ਨੱਕ ਦੇ ਵਿੱਚ ਖੂਨ ਆਉਣ ਦਾ, ਜਿਹਨੂੰ ਆਪਾਂ ਨਕਸੀ ਟੁੱਟਣਾ ਵੀ ਕਹਿੰਦੇ ਹਾਂ। ਇਸ ਲਈ ਦੋਸਤੋ, ਤੁਹਾਨੂੰ ਗਰਮੀਆਂ ਦੇ ਵਿੱਚ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਹਰ ਰੋਜ਼ ਕੱਚਾ ਪਿਆਜ਼ ਖਾਓ, ਜਿਸ ਦੇ ਨਾਲ ਨਾ ਤਾਂ ਤੁਹਾਨੂੰ ਲੂ ਲੱਗੇਗੀ ਅਤੇ ਨਾ ਹੀ ਤੁਹਾਡੀ ਨਕਸੀ ਟੁੱਟੇਗੀ। ਤਾਂ ਦੋਸਤੋ, ਇਹੀ ਨਹੀਂ, ਜੇ ਤੁਹਾਡੇ ਦੰਦਾਂ ਦੇ ਵਿੱਚੋਂ ਵੀ ਖੂਨ ਨਿਕਲਦਾ ਹੈ ਤਾਂ ਤੁਸੀਂ ਕੱਚੇ ਪਿਆਜ਼ ਨੂੰ ਗਰਮ ਕਰਕੇ ਆਪਣੇ ਦੰਦਾਂ ਦੇ ਵਿੱਚ 3 ਤੋਂ 4 ਮਿੰਟ ਤੱਕ ਦਬਾ ਕੇ ਰੱਖੋ। ਇਸ ਦੇ ਨਾਲ ਤੁਹਾਨੂੰ ਜਲਦੀ ਫਰਕ ਲੱਗੇਗਾ। ਤਾਂ ਦੋਸਤੋ, ਤੀਜਾ ਹੈ ਗਲੇ ਦੀ ਖਰਾਸ਼ ਨੂੰ ਮਿਟਾਉਂਦਾ ਹੈ। ਤਾਂ ਦੋਸਤੋ, ਜੇ ਤੁਸੀਂ ਵੀ ਉਹਨਾਂ ਲੋਕਾਂ ਦੇ ਵਿੱਚੋਂ ਹੋ ਜਿਨ੍ਹਾਂ ਦਾ ਗਲਾ ਅਕਸਰ ਖਰਾਬ ਰਹਿੰਦਾ ਹੈ ਜਾਂ ਫਿਰ ਸਰਦੀ, ਜ਼ੁਕਾਮ ਅਤੇ ਖਾਂਸੀ ਤੋਂ ਤੁਸੀਂ ਪ੍ਰਭਾਵਿਤ ਰਹਿੰਦੇ ਹੋ, ਤਾਂ ਦੋਸਤੋ ਜਾਣ ਲੀਜੀਏ ਇਹ ਆਸਾਨ ਜਿਹਾ ਨੁਸਖਾ। ਤਾਂ ਦੋਸਤੋ, ਤੁਸੀਂ ਕੀ ਕਰਨਾ ਹੈ, ਤੁਸੀਂ ਕੱਚੇ ਪਿਆਜ਼ ਦਾ ਰਸ ਨੂੰ ਕੱਢਣਾ ਹੈ ਅਤੇ ਇਸ ਰਸ ਨੂੰ ਤੁਸੀਂ ਸ਼ਹਿਦ ਦੇ ਵਿੱਚ ਮਿਲਾ ਕੇ ਦਿਨ ਦੇ ਵਿੱਚ 2 ਵਾਰੀ ਲਵੋ ਅਤੇ ਲਗਾਤਾਰ 1 ਹਫ਼ਤੇ ਤੱਕ ਲਵੋ। ਇਸ ਦੇ ਨਾਲ ਨਾ ਹੀ ਤੁਹਾਡੇ ਗਲੇ ਦੇ ਵਿੱਚ ਖਰਾਸ਼ ਹੋਵੇਗੀ ਅਤੇ ਨਾਲ ਹੀ ਤੁਹਾਨੂੰ ਸਰਦੀ, ਜ਼ੁਕਾਮ ਤੋਂ ਵੀ ਛੁਟਕਾਰਾ ਮਿਲੇਗਾ। ਤਾਂ ਦੋਸਤੋ, ਚੌਥਾ ਹੈ ਕੈਂਸਰ ਸੈੱਲਾਂ ਨੂੰ ਰੋਕਦਾ ਹੈ। ਤਾਂ ਦੋਸਤੋ, ਕੱਚੇ ਪਿਆਜ਼ ਦੇ ਵਿੱਚ ਸਲਫਰ ਦੀ ਮਾਤਰਾ ਕਾਫ਼ੀ ਅਧਿਕ ਹੁੰਦੀ ਹੈ। ਇਹ ਕੈਂਸਰ ਦੇ ਸੈੱਲਸ ਨੂੰ ਵਧਣ ਨਹੀਂ ਦਿੰਦਾ ਅਤੇ ਕੈਂਸਰ ਦੇ ਪੇਸ਼ੈਂਟ ਨੂੰ ਕੱਚੇ ਪਿਆਜ਼ ਨੂੰ ਖਾਣ ਦੇ ਨਾਲ ਉਸਨੂੰ ਆਪਣੇ ਟ੍ਰੀਟਮੈਂਟ ਦੇ ਵਿੱਚ ਕਾਫ਼ੀ ਮਦਦ ਮਿਲਦੀ ਹੈ। ਅਤੇ ਜੇ ਤੁਸੀਂ ਸ਼ੁਰੂ ਤੋਂ ਹੀ ਕੱਚਾ ਪਿਆਜ਼ ਨੂੰ ਖਾਂਦੇ ਆ ਰਹੇ ਹੋ ਤਾਂ ਪੇਟ, ਬ੍ਰੈਸਟ, ਫੇਫੜੇ ਦੇ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ। ਯੂਰੀਨ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਵੀ ਕੱਚਾ ਪਿਆਜ਼ ਖਾਣ ਦੇ ਨਾਲ ਖਤਮ ਹੋ ਜਾਂਦੀਆਂ ਹਨ। ਤਾਂ ਦੋਸਤੋ, ਪੰਜਵਾਂ ਹੈ ਅਨੀਮੀਆ ਤੋਂ ਬਚਾਉਂਦਾ ਹੈ। ਤਾਂ ਦੋਸਤੋ, ਕੱਚਾ ਪਿਆਜ਼ ਤੁਹਾਨੂੰ ਅਨੀਮੀਆ ਤੋਂ ਵੀ ਬਚਾ ਸਕਦਾ ਹੈ। ਤਾਂ ਦੋਸਤੋ, ਪਿਆਜ਼ ਨੂੰ ਕੱਟਣ ਨਾਲ ਅੱਖਾਂ ਦੇ ਵਿੱਚ ਹੰਝੂ ਆਉਣ ਦਾ ਕਾਰਨ ਇਹ ਹੁੰਦਾ ਹੈ ਕਿ ਪਿਆਜ਼ ਦੇ ਵਿੱਚ ਪਾਇਆ ਜਾਣ ਵਾਲਾ ਸਲਫਰ ਜੋ ਨੱਕ ਦੇ ਜ਼ਰੀਏ ਸਰੀਰ ਦੇ ਵਿੱਚ ਐਂਟਰ ਕਰਦਾ ਹੈ। ਸਲਫਰ ਦੇ ਵਿੱਚ ਇੱਕ ਤੇਲ ਪਾਇਆ ਜਾਂਦਾ ਹੈ ਜੋ ਅਨੀਮੀਆ ਤੋਂ ਤੁਹਾਡੇ ਸਰੀਰ ਨੂੰ ਬਚਾਉਣ ਵਿੱਚ ਮਦਦ ਕਰਦਾ ਹੈ। ਅਤੇ ਜੇ ਤੁਹਾਨੂੰ ਅਨੀਮੀਆ ਦੀ ਪ੍ਰੋਬਲਮ ਹੋ ਚੁੱਕੀ ਹੈ ਤਾਂ ਉਸ ਨੂੰ ਠੀਕ ਕਰਨ ਦੇ ਵਿੱਚ ਇਹ ਸਹਾਇਕ ਹੁੰਦਾ ਹੈ। ਜਦੋਂ ਤੁਸੀਂ ਪਿਆਜ਼ ਨੂੰ ਪਕਾ ਕੇ ਖਾਣੇ ਦੇ ਵਿੱਚ ਖਾਂਦੇ ਹੋ ਉਦੋਂ ਇਹ ਸਲਫਰ ਨਸ਼ਟ ਹੋ ਜਾਂਦਾ ਹੈ। ਇਸ ਲਈ ਦੋਸਤੋ, ਸਲਫਰ ਦੇ ਲਈ ਤੁਸੀਂ ਕੱਚੇ ਪਿਆਜ਼ ਨੂੰ ਜ਼ਰੂਰ ਖਾਓ। ਅਤੇ ਦੋਸਤੋ, 6ਵਾਂ ਹੈ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਤਾਂ ਦੋਸਤੋ, ਜੇ ਤੁਹਾਡਾ ਕੋਲੈਸਟ੍ਰੋਲ ਹਮੇਸ਼ਾ ਹੀ ਵਧਿਆ ਹੋਇਆ ਰਹਿੰਦਾ ਹੈ ਅਤੇ ਤੁਸੀਂ ਉਸਨੂੰ ਘੱਟ ਕਰਨ ਦੇ ਵਿੱਚ ਅਸਮਰੱਥ ਰਹਿੰਦੇ ਹੋ ਤਾਂ ਦੋਸਤੋ, ਤੁਹਾਨੂੰ ਜ਼ਰੂਰਤ ਹੈ ਕੱਚੇ ਪਿਆਜ਼ ਖਾਣ ਦੀ। ਕੱਚੇ ਪਿਆਜ਼ ਦੇ ਵਿੱਚ ਇਮਿਊਨੋ ਐਸਿਡ ਮਿਥੈਨ ਸਲਫਾਈਡ ਪਾਇਆ ਜਾਂਦਾ ਹੈ। ਇਹ ਸਾਰੇ ਤੱਤ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦੇ ਹਨ ਅਤੇ ਗੁੱਡ ਕੋਲੈਸਟ੍ਰੋਲ ਨੂੰ ਵਧਾਉਂਦੇ ਹਨ। ਇਸ ਲਈ ਦੋਸਤੋ, ਕੱਚੇ ਪਿਆਜ਼ ਖਾਣ ਦੇ ਨਾਲ ਆਪਣੀ ਬੈਡ ਕੋਲੈਸਟ੍ਰੋਲ ਵਧਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਤਾਂ ਦੋਸਤੋ, ਇਸ ਤੋਂ ਅੱਗੇ ਹੈ ਦਿਲ ਦੇ ਲਈ ਫਾਇਦੇਮੰਦ। ਤਾਂ ਦੋਸਤੋ, ਕੱਚਾ ਪਿਆਜ਼ ਤੁਹਾਡੇ ਦਿਲ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਦੇ ਵਿੱਚ ਰੱਖਣ ਲਈ ਕੱਚਾ ਪਿਆਜ਼ ਬਹੁਤ ਹੀ ਜ਼ਿਆਦਾ ਮਦਦਗਾਰ ਹੁੰਦਾ ਹੈ। ਤਾਂ ਦੋਸਤੋ, ਇਹ ਦਿਲ ਦੀਆਂ ਬੰਦ ਨਸਾਂ ਨੂੰ ਖੋਲ੍ਹਣ ਵਿੱਚ ਮਦਦ ਕਰਦਾ ਹੈ, ਜਿਸ ਦੇ ਨਾਲ ਤੁਹਾਨੂੰ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਕਾਫ਼ੀ ਘੱਟ ਹੋ ਜਾਂਦਾ ਹੈ।
ਤਾਂ ਦੋਸਤੋ ਬਹੁਤ ਸਾਰੇ ਲੋਕ ਇਹ ਗੱਲ ਨਹੀਂ ਜਾਣਦੇ ਕਿ ਪਿਆਜ਼ ਨਾ ਖਾਣ ਵਾਲਿਆਂ ਦੀ ਤੁਲਨਾ ਦੇ ਵਿੱਚ ਕੱਚਾ ਪਿਆਜ਼ ਖਾਣ ਵਾਲਿਆਂ ਦੀ ਸਿਹਤ ਜ਼ਿਆਦਾ ਚੰਗੀ ਰਹਿੰਦੀ ਹੈ। ਨਾਲ ਹੀ ਨਾਲ ਮੈਂ ਤੁਹਾਨੂੰ ਇਹ ਦੱਸ ਦਿੰਦਾ ਹਾਂ ਕਿ ਜੇ ਤੁਸੀਂ ਡਾਇਬੀਟੀਜ਼ ਦੇ ਸ਼ਿਕਾਰ ਹੋ ਤਾਂ ਕੱਚਾ ਪਿਆਜ਼ ਖਾਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਇਨਸੁਲਿਨ ਪੈਦਾ ਹੁੰਦਾ ਹੈ। ਇਸ ਲਈ ਦੋਸਤੋ ਕੱਚਾ ਪਿਆਜ਼ ਡਾਇਬੀਟੀਜ਼ ਦੇ ਰੋਗੀਆਂ ਦੇ ਲਈ ਵੀ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ। ਤਾਂ ਦੋਸਤੋ ਕੁਛ ਲੋਕ ਕੱਚਾ ਪਿਆਜ਼ ਇਸ ਲਈ ਨਹੀਂ ਖਾਂਦੇ ਕਿਉਂਕਿ ਉਹਨਾਂ ਨੂੰ ਇਸਦਾ ਟੇਸਟ ਪਸੰਦ ਨਹੀਂ ਹੁੰਦਾ। ਤਾਂ ਦੋਸਤੋ ਉਹਨਾਂ ਲੋਕਾਂ ਲਈ ਇੱਕ ਆਸਾਨ ਜਿਹਾ ਟਿਪਸ ਇਹ ਹੈ, ਤੁਸੀਂ ਕੱਚੇ ਪਿਆਜ਼ ਦੀ ਇੱਕ ਹੈਲਦੀ ਚਟਨੀ ਵੀ ਬਣਾ ਕੇ ਖਾ ਸਕਦੇ ਹੋ ਜਿਸ ਦੇ ਵਿੱਚ ਤੇਲ ਅਤੇ ਮਸਾਲੇ ਬਹੁਤ ਹੀ ਘੱਟ ਹੋਣ। ਤਾਂ ਦੋਸਤੋ ਜਿਵੇਂ ਵੀ ਖਾਓ ਪਰ ਕੱਚਾ ਪਿਆਜ਼ ਜ਼ਰੂਰ ਖਾਓ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ। ਜੇ ਤੁਹਾਨੂੰ ਇਹ ਟਿਪਸ, ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।